ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਅਮੀਰਕੇ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਵੀਰ ਬੂਟੇ ਦੇ ਕੋਲ ਆਏ ਹਾਂ ਦੋਸਤੋ। ਪਸ਼ੂ ਵਪਾਰ ਦਾ ਕੰਮ ਆ ਮੋਸਟਲੀ, ਵੀਰ ਸਾਰੇ ਜਾਣਦੇ ਆ, ਨੇੜੇ ਤੇੜੇ ਵਾਲੇ ਵੀਰ ਵੀ ਆ। ਅਤੇ ਵੀਡੀਓ ਆਪਾਂ ਇਸ ਘਰੋਂ ਕਾਫੀ ਜਿਹੜੀਆਂ ਅਪਲੋਡ ਪਹਿਲਾਂ ਵੀ ਕੀਤੀਆਂ ਨੇ। ਅਮਰਕੋਟ ਤੋਂ ਤਕਰੀਬਨ ਕੋਈ 2 ਕਿਲੋਮੀਟਰ, 1.5-2 ਕਿਲੋਮੀਟਰ ਦੀ ਦੂਰੀ ਆ ਪਿੰਡ ਅਮੀਰਕੇ ਤੁਸੀਂ ਖਾਸ ਵਿਜ਼ਿਟ ਕਰਨੀ। ਅਤੇ ਬਲਟੋਏ ਤੋਂ ਵੀ ਤਕਰੀਬਨ ਕੋਈ 5-4 ਕਿਲੋਮੀਟਰ ਦੀ ਦੂਰੀ ਹੈਗੀ ਹੈ ਇਸ ਪਿੰਡ ਦੀ। ਪਸ਼ੂ ਤਾਂ ਤੁਹਾਨੂੰ ਅੱਜ ਜਿਹੜੇ ਦੋਸਤ ਅੱਜ ਇਸ ਵੀਡੀਓ ਦੇ ਵਿੱਚ 4 ਨਗ ਦਿਖਾ ਦਾਂਗੇ, ਜਿਨ੍ਹਾਂ ਦੇ ਵਿੱਚੋਂ ਇੱਕ ਮੱਝ, ਅੱਜ ਤੋਂ 5 ਮਿੰਟ ਪਹਿਲਾਂ ਅਸੀਂ ਗੱਲ ਕਰਦੇ ਪਏ ਸੀ ਵੀ ਇੱਕ ਮੱਝ ਸੂਈ ਹੈ ਅਤੇ 2 ਗੱਭਣ ਨੇ, 1 ਵੈੜ ਗੱਭਣ ਆ। ਹੁਣ ਜਿਹੜੀਆਂ ਦੋਸਤੋ 2 ਮੱਝਾਂ ਸੂਈਆਂ ਨੇ, ਬਿਲਕੁਲ ਇੱਕ ਝੋਟੀ ਦਿਖਾਵਾਂਗੇ ਤਾਜ਼ੀ, ਕੁਝ 4 ਕੁ ਮਿੰਟ ਪਹਿਲਾਂ, 3-4 ਮਿੰਟ ਪਹਿਲਾਂ ਜਿਹੜੀ ਸੂਈ ਆ। ਅਤੇ ਪੂਰੀ ਡਿਟੇਲ ਆਪਾਂ ਵੀਰ ਬੂਟੇ ਤੋਂ ਲੈ ਲਾਂਗੇ ਇਹਨਾਂ ਪਸ਼ੂਆਂ ਦੀ। ਐਨੀਮਲ ਜਿਹੜਾ ਪਸੰਦ ਆਊਗਾ ਤਸੱਲੀ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ, ਠੀਕ ਹੈ ਜੀ। ਗੱਭਣ ਪਸ਼ੂ ਜਿਹੜਾ ਤਿਪ ਕੇ ਅਤੇ ਸੋਏ ਪਸ਼ੂ ਦੀ 1 ਟਾਈਮ 2 ਟਾਈਮ ਚੁਆਈ ਕਰ ਸਕਦੇ ਜੀ। 27 ਅਗਸਤ ਨੂੰ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ, ਟਾਈਮ ਤਕਰੀਬਨ ਕੋਈ 11 ਵਜੇ ਦਾ। ਆਓ ਕਰਦੇ ਹਾਂ ਗੱਲਬਾਤ ਵੀਰ ਬੂਟੇ ਦੇ ਨਾਲ, ਪੁੱਛ ਲਈਏ ਕੀ ਡਿਟੇਲ ਇਨਫੋਰਮੇਸ਼ਨ ਅੱਜ ਇਹਨਾਂ ਪਸ਼ੂਆਂ ਦੀ। ਅੱਜ ਮੱਝਾਂ ਝੋਟੀਆਂ ਜਿੰਨੀਆਂ ਦਿਖਾਵਾਂਗੇ ਵੱਡੀਆਂ ਹੋਣਗੀਆਂ ਦੋਸਤੋ, ਫੁੱਲ ਬਾਟਾ ਫੁੱਲ ਵੱਡੀਆਂ ਮੱਝਾਂ ਨੇ। ਅਤੇ 1 ਵੈੜ ਜਿਹੜੀ ਬਿਲਕੁਲ ਪਲੂਨ ਪਹਿਲਾਂ ਸੂਆ ਸੋਣੀ ਹੈ ਉਹ ਵੀ ਦਿਖਾ ਦਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ। ਸਭ ਤੋਂ ਪਹਿਲਾਂ ਵੀਰ ਬੂਟੇ ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਵੀਰ, ਹੋਰ ਸੁਣਾਓ, ਠੀਕ ਠਾਕ? ਬੜੇ ਵਧੀਆ ਜੀ, ਹੋਰ ਸੁਣਾਓ ਆਪ? ਵਧੀਆ ਵਧੀਆ, ਚੜ੍ਹਦੀ ਕਲਾ, ਤੁਸੀਂ ਸੁਣਾਓ? ਬੜੇ ਵਧੀਆ। ਅੱਛਾ ਥੋੜ੍ਹਾ ਲੇਟ ਹੋ ਗਿਆ ਵੀਡੀਓ ਦੇ ਚੱਕਰ 'ਚ, ਤੇ ਪਸ਼ੂ ਵੇਖਦੇ ਬੁਖਦੇ ਰਹਿੰਦੇ ਵੇ। ਪਿਆਸੂ ਨਾ ਇਤਨਾ, ਪਰਸੋਂ ਪਾਉਣੀਆਂ ਅਸੀਂ, ਪਰਸੋਂ 2 ਗਾਵਾਂ ਗਾਂ ਵੇਖੀਆਂ, ਪਹਿਲਾਂ ਪਾਉਣੀਆਂ ਉਦੋਂ ਵੇਖੀਆਂ। ਟਾਈਮ ਨਹੀਂ ਲੱਗਦਾ, ਅੱਜ ਮੈਂ ਦੱਸਿਆ ਦੱਸਿਆ ਫਿਰ ਕਿਸੇ ਨੂੰ ਨਹੀਂ, ਤਾਂ ਮੈਂ ਚਲੋ ਸੰਧੂ ਸਾਹਿਬ ਨੂੰ ਮਿਲ ਗਈ, ਅੱਜ ਬੜਾ ਟਾਈਮ ਹੋ ਗਿਆ। ਇਹਨਾਂ ਵੀ ਜਦੋਂ 3-4 ਨਾਗ ਜੁੜ ਜਾਣ ਉਦੋਂ, ਹਾਂਜੀ ਹਾਂਜੀ, ਕਈ ਵਾਰ ਇੰਨੇ ਪਰ ਇਕੱਠੇ ਨਹੀਂ ਹੁੰਦੇ, ਵੇਖਦੇ ਰਹਿੰਦੇ ਨਾ। ਹਾਂਜੀ ਵੇਖਦੇ ਰਹਿੰਦੇ। ਅੱਛਾ ਅੱਜ 4 ਨਾਗ ਦਿਖਾ ਦਈਏ, ਚੀਜ਼ ਲੈ ਜੀ ਸੰਧੂ ਸਾਹਿਬ, ਚੰਗੀ ਸਾਫ ਆ, ਸਾਫ ਚੀਜ਼ ਦਾ ਤੁਹਾਨੂੰ ਪਤਾ ਹਰ ਇੱਕ ਗਾਹਕ ਹੈਗਾ। ਬਸ ਬਸ, ਹਾਂਜੀ। ਮੱਝਾਂ ਝੋਟੀਆਂ ਜਿਹੜੀਆਂ ਦੋਸਤੋ ਅੱਜ ਬੜੀਆਂ ਸੋਹਣੀਆਂ ਨੇ, ਪਸੰਦ ਆਉਣਗੀਆਂ ਤੁਹਾਨੂੰ। ਇਹ ਕਿਵੇਂ ਸੂਬੇ ਜੀ? ਦੂਜਾ ਸੋਹਣੀਆਂ, ਦੂਜਾ ਸੋਹਣੀ ਹੈ, ਦੂਜੇ ਸੂਬੇ ਝੋਟੀ ਸੋਹਣੀ ਹੈ। ਤੇ ਦੋਸਤੋ ਵੇਖ ਕੇ ਚੈੱਕ ਕਰੋ ਆਹ ਸਟਰਕਚਰ, ਵੇਖੋ ਕਾਫੀ ਖੁੱਲਾ ਸਟਰਕਚਰ ਆ, ਠੀਕ ਆ ਜੀ। ਤੇ ਝੋਟੀ ਦੀ ਫੇਸ ਕੁਆਲਿਟੀ ਆਹ ਵੇਖ ਕੇ ਕਰੋ ਚੈੱਕ, ਠੀਕ ਆ ਜੀ। ਸਿੰਘਾ ਸੁੰਘਾ ਦੀ ਬਣਤਰ ਸੋਹਣੀ ਹੈ। ਤਾਂ ਦੇਣ ਵੀਰ ਬੂਟੇ ਕਿੰਨੇ ਕੁ ਲੈਂਦੀ ਆ? ਇੱਕ ਹਫ਼ਤਾ ਪਿਆ ਬਾਕੀ ਸੂਣ ਦੇ ਵਿੱਚ, ਤੇ ਬਣੂ ਵੀਰਾਂ ਦਾ ਪੂਰੀ ਬਾਕੀ ਥਾਣ ਥੂਣ ਬਹੁਤ ਜ਼ਿਆਦਾ। ਆਹ ਵੇਖੋ ਜੀ, ਠੀਕ ਆ ਜੀ, ਥਾਣ ਥੂਣ ਬਹੁਤ ਵਧੀਆ ਕੁਆਲਿਟੀ ਦਾ, ਅਤੇ ਨਾਲ ਦੀ ਨਾਲ ਤੁਹਾਨੂੰ ਖੋਲ੍ਹ ਕੇ ਤੋੜ ਕੇ ਵੀ ਦਿਖਾਉਣੇ ਆ। ਤੈਂਕ ਜੀ ਕਰੋ ਸਾਹਮਣੇ, ਖੋਲ੍ਹ ਕੇ ਤੋੜ ਕੇ ਦਿਖਾਉਣੇ ਆ। ਇਹ ਝੋਟੀ ਦੂਜਾ, ਅਤੇ ਦੇਣ ਦੋਸਤੋ ਹਜੇ ਖੁੱਲ੍ਹੇ ਲੈ ਜੂਗੀ, 1 ਹਫ਼ਤਾ ਬਾਕੀ ਆ। ਲਓ ਜੀ, ਹੈਵੀ ਬੋਡੀ ਵੇਟ ਦੀ ਆ, ਪਿੱਠ ਪੂੜਾ ਭਰਾਵੋ, ਥੱਬਿਆਂ ਦੇ ਥੱਬੇ, ਅਤੇ ਥਣ ਦੇ ਵਾ ਵੀਰ, ਕਹਿੰਦਾ ਵੀ ਖੁੱਲ੍ਹਣਾ ਹੈ ਪੂਰਾ ਇਸ ਝੋਟੀ ਨੇ, ਦੇਵਾ ਆਰਡਰ ਸੋਹਣਾ ਬਣਾ ਕੇ ਤਿਆਰ ਕਰੂਗੀ। ਆਹ ਦੇਖੋ ਯਾਰਾ, ਠੀਕ ਹੈ, ਇਹ ਪੂਰੀਆਂ ਬੰਬ ਚੀਜ਼ਾਂ ਨੇ ਦੋਸਤੋ, ਵੱਡੇ ਕੱਦ ਬੋਤ ਨੇ, ਅਤੇ ਫੇਸ ਕੁਆਲਿਟੀਆਂ ਚੰਗੀਆਂ ਨੇ, ਬਾਕੀ ਠੰਡੀਆਂ ਧੀਰੀਆਂ। ਆਹ ਦੇਖੋ ਮੱਝਾਂ, ਹਾਂਜੀ, ਟੈਂਕ ਭਾਈ ਤੋਰ ਲਓ, ਪਿੱਛੇ ਨੂੰ ਮੋੜ ਲਓ। ਆਹ ਵੇਖੋ ਜੀ, ਲਿਆਓ ਲਿਆਓ ਟੈਂਕ, ਕਰੋ ਕਾਬੂ, ਠੀਕ ਆ। ਅੱਜ ਟੈਂਕ ਤੋਂ ਵੀ ਬਸੋਂ ਬਾਹਰ ਹੋਈ ਪਈ ਆ, ਮੱਝਾਂ ਜ਼ੋਰ ਬੜਾ ਮਾਰਦੀਆਂ ਝੋਟੀਆਂ, ਜ਼ੋਰ ਪੂਰਾ, ਠੀਕ ਆ ਜੀ। ਹਾਈਟ ਕੱਦ ਦੋਸਤੋ, ਠੀਕ ਆ। ਅੱਛਾ ਵੀਰ ਬੂਟੇ, ਕਿੰਨਾ ਮੁੱਲ ਕੀ ਫਿਰ ਇਹਦੀ ਕੀਤੀ ਡਿਮਾਂਡ ਪਹਿਲੇ ਨੰਬਰ ਵਾਲੀ ਇਸ ਝੋਟੀ ਦੀ? ਇਹ ਸੰਧੂ ਸਾਹਿਬ ਲੈਣ ਦੇ ਨਾਲ ਆਪਾਂ ਮੱਝ ਤਾਂ ਪਹੁੰਚ ਜਾਵੇ 1 ਲੱਖ 10 ਦੀ ਝੋਟੀ ਦਿਖਦੀ, ਜਿਸ ਤਰ੍ਹਾਂ ਝੋਟੀ ਹੈ ਨਸਲ ਜੋ ਵੀ ਹੈਗੀ ਆ, ਪਰ ਆਪਾਂ 96,000 ਦੀ, ਹਾਂ ਨਾ
ਲੈਸ ਕਰਕੇ ਹਾਂਜੀ 96,000 ਦੀ। ਠੀਕ ਆ ਜੀ, ਹਾਂਜੀ 96,000 ਦੀ ਦੋਸਤੋ ਹਾਂ ਨਾ ਜਿਹੜੀ ਉਹ 96,000 ਦੀ ਆ। ਮੁੱਲ ਵੀਰਾਂ ਦਾ ਵੀ ਡਿਮਾਂਡ ਭਾਵੇਂ 1,10,000 ਕਰਦੇ ਆ ਅਤੇ 96,000 ਦੀ ਜਿਹੜੀ ਦੇਵਾਂਗੇ। ਠੀਕ ਆ, ਅਤੇ ਬੰਨਾ ਇਹ ਝੋਟੀ ਨੇ ਹਜੇ ਦੋਸਤੋ ਸਮਾਂ, ਕਿਉਂਕਿ ਇੱਕ ਹਫ਼ਤੇ ਦੇ ਵਿੱਚ ਪੂਰੀ ਬਣ ਬਣ ਕਮਲੀ ਹੋਣ ਵਾਲੀ ਗੱਲ ਹੋ ਜਾਣੀ ਆ ਵੀ ਫੁੱਲ ਵੱਡੀ ਹਾਈਟ ਕੱਦਦੀ ਆ। ਸੋ ਜ਼ਰੂਰ ਤੁਸੀਂ ਸੰਪਰਕ ਕਰ ਸਕਦੇ ਹੋ। ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਮੱਝ ਅਗਲੀ ਦਿਖਾ ਦਿੰਦੇ, ਇਹ ਵੀ ਗੱਭਣ ਸੂਈ ਹੈ, ਸੂਈ ਇਹ ਸੂਈ ਆ, ਇਹਨੂੰ ਸੂਈ ਨੂੰ ਅੱਜ 9-10 ਦਿਨ ਹੋ ਗਏ ਆ, 9-10 ਦਿਨ। ਹਾਂਜੀ, ਮਗਰ ਬੱਚਾ ਇਹਦੇ ਕੱਟਾ ਹੀ ਹੈ, ਨਹੀਂ ਕੱਟੀ ਹੈ, ਕੱਟੀ ਆ ਗਈ, ਹਾਂਜੀ ਵਿਖਾਉਣੇ ਫਲਾ ਇਹਦੇ ਮਗਰ ਜਿਹੜੀ ਦੋਸਤੋ ਕੱਟੀ ਆ, ਫੀਮੇਲ ਕਾਫ ਆ ਤੇ ਆਪ ਸੂਆ ਕਿ ਨਮਾਊਗਾ, ਦੂਜਾ ਕਿ ਤੀਜਾ ਜੀ, ਆਪਾਂ ਦੂਜੇ ਦਾ ਦੂਜਾ ਤੀਜਾ ਦੂਜਾ ਵੀ ਹੋ ਸਕਦੀ, ਤੀਜਾ ਵੀ ਹੈ। ਹਾਂਜੀ ਹਾਂਜੀ, ਬਾਕੀ ਪਲੀ ਪੂਰੀ ਪਈ, ਪਲੀ ਬਹੁਤ ਬੜੀ ਹੈ, ਚਵਾਈ ਬਹੁਤ ਸੰਧੂ ਸਾਹਿਬ, ਵੇਲ ਬੜੀ ਹੈ, ਹਾਂਜੀ 11 ਲੀਟਰ ਦੁੱਧ ਪੱਕਾ ਜੇ ਸਾਡੇ, ਦੁੱਧ 14-15 ਲੀਟਰ ਕੱਢੂਗੀ। ਅੱਛਾ, ਹੁਣ 11 ਲੀਟਰ 11 ਲੀਟਰ ਬਿਲਕੁਲ ਪੱਕਾ, ਦਿਨ 10-10 ਦਿਨ ਦੱਸੇ, 10 ਦਿਨ ਦਾ ਬੱਚਾ ਵਿਖਾਉਂਦੇ ਆਪਾਂ। ਠੀਕ ਆ ਜੀ, 10 ਦਿਨ ਦਾ ਭਰਾਵੋ ਅਸੂਆ ਹੈ, ਠੀਕ ਹੈ, 10 ਦਿਨਾਂ ਦੀ ਸੂਈ ਆ, ਮਗਰ ਕੱਟੀ ਆ ਅਤੇ ਹਾਈਟ ਕੱਦ ਵੇਖ ਕੇ ਤੁਹਾਨੂੰ ਪਤਾ ਲੱਗ ਜੂਗਾ, ਬਾਹਲਾ ਦੱਸਣ ਦੀ ਮੈਨੂੰ ਸ਼ਾਇਦ ਲੋੜ ਨਾ ਪਵੇ ਦੋਸਤੋ। ਵੇਲ ਵੇਖੋ, ਲੰਬਾਈ ਪੂਰੀ ਆ, ਕੱਦ ਕੱਟ ਪੂਰਾ ਉੱਚਾ ਹੈ, ਪਲੀ ਪੂਰੀ ਪੂਰੀ ਹੈ। ਹਵਾਨਾ ਸਟਰਕਚਰ ਤੁਹਾਨੂੰ ਦਿਖਾ ਦਿੰਦੇ ਹਾਂ, ਤੋੜ ਕੇ ਤਸੱਲੀ ਕਰਵਾ ਦਾਂਗੇ। ਟੈਂਕ ਖੋਲ੍ਹ ਕੇ ਵੀਰ ਕਰੀਏ ਪੇਸ਼। ਸੋ ਆਹ ਫੇਸ ਕੁਆਲਿਟੀ ਜੇ ਵੀਰੋ, ਠੀਕ ਆ, ਅਤੇ ਬੂਟੇ ਵੀਰ ਚਵਾ ਸੋਹਣਾ ਇਹਦਾ, ਚਵਾ ਸੰਧੂ ਸਾਹਿਬ ਕਿਆ ਪਤਾ। ਅੱਛਾ ਜੀ, ਲਓ ਜੀ ਚਵਾ ਇੱਕ ਨੰਬਰ ਆ ਦੋਸਤੋ, ਗੱਲਾਂ ਗਾਂਹ ਦੀਆਂ ਨੇ। ਅਤੇ ਬਾਕੀ ਆਹ ਵੇਖੋ ਤੁਸੀਂ ਮੱਝ ਪਲੀ ਪੂਰੀ ਆ ਦੋਸਤੋ, ਵੀ ਜੰਮੀ ਪਲੀ ਪੂਰੀ ਆ, ਵੀ ਇਹ ਨਹੀਂ ਹੈਗਾ ਕੋਈ ਨਿੱਸਾ ਫਿੱਕਾ ਪਸ਼ੂ ਆ, ਵੀ ਹਾਈਟ ਕੱਦ ਐਕਸਟਰਾ ਆਰਡਨਰੀ, ਫੁੱਲ ਵੱਡੀ ਹਾਈਟ ਦੇ ਵਿੱਚ। ਠੀਕ ਆ ਜੀ, ਸਿੰਘਾਂ ਦੀ ਬਣਤਰ, ਫੇਸ ਕੁਆਲਿਟੀ, ਵੀ ਸਾਰਾ ਕੁਛ ਹੀ ਬਿਲਕੁਲ A1। ਆਹ ਦੇਖੋ ਜੀ, ਅੱਜ ਤਕਰੀਬਨ ਜਿਹੜਾ 10 ਦਿਨਾਂ ਦੀ ਸੂਈ ਹੈ ਦੋਸਤੋ, 10, 11, 11 ਕਿਲੋ, 11 ਕਿਲੋ ਬਿਲਕੁਲ ਜਿਹੜਾ ਦੁੱਧ ਹਾਜ਼ਰ ਆ। ਅਤੇ ਥਣ ਵੇਖੋ ਤੁਸੀਂ ਬਿਲਕੁਲ ਨਖੇੜ ਦੇ ਵਿੱਚ, ਵੀ ਤਕਰੀਬਨ ਕੋਈ 4-4 ਇੰਚ ਅਤੇ ਬਿਲਕੁਲ ਚੱਪੇ ਦੇ ਥਣ ਜਿਹੜਾ ਚੌਂ ਪਾਸਿਓਂ। ਆਹ ਦੇਖੋ ਜੀ, ਠੀਕ ਆ, ਬਾਕੀ ਚਵਾ ਇੱਕ ਨੰਬਰ ਆ, ਕੋਈ ਹੋਰ ਨਹੀਂ, ਕੋਈ ਸ਼ਟਾ ਨਹੀਂ, ਬਿਲਕੁਲ ਮੋਟੀਦਾਰ ਇੱਕ ਨੰਬਰ ਚਵਾ ਹੋਊਗਾ। ਠੀਕ ਆ, ਅਤੇ ਇਸ ਦੀ ਤਸੱਲੀ ਜਿਹੜੀ ਆ ਤੁਸੀਂ ਘਰ ਵਿਜਿਟ ਕਰਕੇ ਕਰਨੀ ਆ ਦੋਸਤੋ, ਚਵਾਈ ਕਰਕੇ। ਠੀਕ ਆ, ਬੱਚਾ ਜਿਹੜਾ ਆਪਾਂ ਤੁਹਾਨੂੰ ਦਿਖਾਉਣੇ ਆ ਇਹਦੇ ਮਗਰ ਜਿਹੜੀ ਕੱਟੀ ਆ, ਆਹ ਦੇਖੋ ਜੀ, ਆਹ ਫੀਮ, ਅੱਛਾ ਜੀ, ਠੀਕ ਆ ਜੀ, ਇਹ ਕੱਟੀ, ਠੀਕ ਆ, ਇਹ ਕੱਟੀ ਆ ਮਗਰ ਇਹਦੀ। ਅੱਛਾ ਬੂਟੇ ਵੀਰ, ਫਿਰ ਜਿਹੜੀ ਇਹ ਸੂਈ ਆ ਮੱਝ, ਹਾਂਜੀ ਹਾਂਜੀ, ਇਹ ਤਾਂ ਫਿਰ ਮੁੱਲ ਬਹੁਤ, ਇੱਕੋ ਦੋ ਸੰਧੂ ਸਾਹਿਬ ਦੋਵਾਂ ਦਾ 96 ਦਾ, 96 ਇੱਕੋ ਚੀਜ਼ ਦੇਖੋ, ਤਾਂ ਮੁੱਲ ਵੀ ਇਹਨਾਂ ਦੇਖੋ, ਹਾਂਜੀ, ਬਾਕੀ ਵੱਡੀਆਂ ਮੈਂ, ਹਾਂਜੀ ਹਾਂਜੀ, ਮੱਢਾਂ ਮੱਝਾਂ ਜਿਹੜੀਆਂ ਦੋਸਤੋ ਫੁੱਲ ਵੱਡੀਆਂ ਨੇ, ਕੋਈ ਇਹ ਸ਼ੱਕ ਨਹੀਂ ਹੈਗਾ ਵੀ ਕੋਈ ਛੋਟਾ ਜਿਹਾ ਪਸ਼ੂ ਨਹੀਂ ਗੇ, ਵੀਰਾਂ ਦਾ ਵੀ ਮੁੱਲ ਵੀ ਜਿਹੜਾ 96-96 ਆ ਜੋੜੀ, ਜੇਕਰ ਕੋਈ ਵੀਰ ਲੈਣਾ ਚਾਹੁੰਦਾ ਤਾਂ ਸਿੰਗਲ ਲੈਣਾ ਚਾਹੁੰਦਾ ਤਾਂ 96-96 ਹਜ਼ਾਰ ਦੇ ਵਿੱਚ ਹਾਂ ਨਾ ਯੈਸ ਨੂੰ। ਅਗਲੀ ਇੱਕ ਝੋਟੀ ਹੋਰ ਦਿਖਾਉਣੀ ਆ ਬਿਲਕੁਲ ਦੋਸਤੋ, ਹੁਣੇ ਕੁਝ ਕੁ ਸਮਾਂ ਪਹਿਲਾਂ ਕੋਈ 10 ਮਿੰਟ ਪਹਿਲਾਂ ਸੂਈ ਆ, ਤਾਜ਼ੀ ਸੂਈ ਹੈ, ਨਾਲ ਬੱਚਾ ਤੁਸੀਂ ਵੇਖ ਹੀ ਸਕਦੇ ਜੇ, ਠੀਕ ਆ ਜੀ, ਜੇਰ ਪੈ ਜੂਗੀ ਕੁਝ ਕੁ ਘੰਟਾ, 2 ਘੰਟਿਆਂ ਬਾਅਦ ਜੇਰ ਪ੍ਰੋਪਰ ਪੈ ਜੂਗੀ, 4 ਮਿੰਟ ਹੀ ਹੋਇਆ, ਹਾਂ 2-4 ਮਿੰਟ ਹੀ ਹੋਇਆ, ਤਾਂ ਸੂਆ ਪਹਿਲਣ ਕਿ ਦੂਜੇ ਸੂਬੇ ਆ। ਆ ਬੱਚਾ ਆ ਗਿਆ ਫਿਰ ਥੱਲੇ, ਕੱਟਾ ਮੇਲ ਕਾਫ ਆ ਗਿਆ ਵੀਰੋ, ਤਾਂ ਕੱਟਾ ਵੀ ਵੇਖੋਗੇ ਤੁਸੀਂ, ਬਹੁਤ ਘੱਟ ਪਸ਼ੂ ਜਿਹੜਾ ਦੋਸਤੋ, ਵੀ ਵੇਖੋ ਕਿੱਡਾ ਪਲਿਆ ਕੱਟਾ ਮਗਰ, ਆ ਕਰੋ ਚੈੱਕ ਜੀ, ਠੀਕ ਆ, ਆਹ ਦੇਖੋ ਜੈੱਡ ਬਲੈਕ ਆ, ਜੈੱਡ ਬਲੈਕ ਆ, ਮੈਂ ਨਾ ਵੀ ਇੱਕ ਵਾਰੀ ਜ਼ੋਰ ਲਵਾ ਦੇਣਾ ਸੀ ਇਹਨੇ ਜੇ ਆਪ ਨਾ ਸਵਾਉਂਦੇ ਤੇ, ਠੀਕ ਆ, ਤੇ ਬੂਟੇ ਵੀਰ
ਝੋਟੀ ਦੂਜਾ ਸੂਬਾ ਸੋਈ ਆ ਖੋਲਣੀ ਰਹਿਣਗੇ ਨਹੀਂ ਮੈਂ ਤਾਂ ਨਾ ਬੇਸ਼ੱਕ ਰਹਿਣ ਤੋਂ ਕੋਈ ਗੱਲ ਮਾੜੀ ਖੋਲ ਕੇ ਉਠਾ ਦੇ ਮਾੜੀ ਮਾੜੀ ਜੀ ਤੋਰਦੇ ਆ ਜੀ ਸੋ ਬਿਲਕੁਲ ਤਾਜ਼ੀ ਸੂਈ ਆ ਦੋਸਤੋ ਬਿਲਕੁਲ ਆਉਂਦੇ ਨਾ ਜਿਵੇਂ ਪੀੜੀ ਦੇ ਪਾਵੇ ਵਰਗੇ ਥਾਣ ਥਾਣ ਕਰਮ ਵਾਲੀ ਦਾ ਸੋਹਣਾ ਬਾਕੀ ਜੇਰ ਪ੍ਰੋਪਰ ਪੈ ਗਈ ਥੋੜ੍ਹੀ ਜਿਹੀ ਸਾਫ਼ ਸਫਾਈ ਹੋ ਜਾਊਗੀ ਅਤੇ ਚਵਾ ਪਤਾ ਲੱਗ ਜੂਗਾ ਵੀ ਕਿਹੋ ਜਿਹਾ ਚਵਾ ਉਮੀਦ ਕਰਦੇ ਹਾਂ ਵੀ ਪੋਲੀ ਚਵਾਈ ਹੋਊਗੀ ਠੀਕ ਹੈ ਆਹ ਦੇਖੋ ਜੀ ਕੁੰਡੀ ਕੰਡੀ ਪੂਰੀ ਜੀ ਠੀਕ ਹੈ ਜੀ ਜਸਟ ਕੁਝ ਕੁ ਮਿੰਟ ਪਹਿਲਾਂ ਸੂਈ ਹੈ ਦੋਸਤੋ ਕੋਈ ਚਾਰ ਪੰਜ ਮਿੰਟ ਦਾ ਟਾਈਮ ਹੋਇਆ ਹੈ ਸੂਈ ਨੂੰ ਅਤੇ ਕੱਟੇ ਨੂੰ ਜਨਮ ਦਿੱਤਾ ਹੈ ਕੱਟਾ ਜਿਹੜਾ ਮੇਲ ਕਾਫ ਆ ਇਸ ਝੋਟੀ ਦੇ ਥੱਲੇ ਅਤੇ ਕੱਟ ਝੋਟੀ ਤੁਸੀਂ ਆਪ ਮੇਰਾ ਵੀ ਅੰਦਾਜ਼ਾ ਲਾ ਲਿਓ ਵੀ ਕਿੱਡੀ ਕੁ ਉੱਚੀ ਹੋ ਸਕਦੀ ਹੈ ਵੀ ਕਿੰਨੀ ਕੁ ਜੰਮੀ ਪਲੀ ਆ ਵਜਨ ਲੋੜ ਫੁੱਲ ਵਟਾ ਫੁੱਲ ਅਤੇ ਦੁੱਧ ਅੱਗੇ ਜਿਹੜਾ ਦੋਸਤੋ ਪਾਏ ਦਾ ਦੁੱਧ ਜਿਹੜਾ ਵੀ ਚੰਗੀ ਸੇਵਾ ਕਰ ਲੂਗਾ ਤਾਂ ਦੁੱਧ ਇਸਨੇ ਵੀ ਕਮਾਲ ਕਰ ਦੂਗੀ ਆ ਦੇਖੋ ਲਓ ਜੀ ਦੇਖੋ ਠੀਕ ਹੈ ਜੀ ਅੱਛਾ ਬੂਟੇ ਵੀਰ ਫਿਰ ਇਹਦੀ ਮੰਗ ਕੀ ਕੀਤੀ ਹੋਈ ਹੈ ਲਓ ਜੀ 75,000 ਦੋਸਤੋ ਇਸ ਝੋਟੀ ਦੀ ਡਿਮਾਂਡ ਆ ਲੈਣ ਦੇਣ ਜਿਹੜਾ 75,000 ਹੈ ਠੀਕ ਆ ਤਾਜ਼ੀ ਸੂਈ ਆ ਜਿਹੜੇ ਵੀਰ ਨੇ ਖਰੀਦਣੀ ਆ ਤਸੱਲੀ ਘੰਟੇ ਅੱਧੇ ਘੰਟੇ ਦੋਵਾਂ ਬਾਅਦ ਵੀ ਤੁਸੀਂ ਪੁੱਛ ਸਕਦੇ ਜੇਰ ਪ੍ਰੋਪਰ ਪੈ ਜਾਊਗੀ ਤਸੱਲੀ ਨਾਲ ਦੱਸਿਆ ਜਾਊਗਾ ਤੁਹਾਨੂੰ ਕੱਟਾ ਜਿਹੜਾ ਬਿਲਕੁਲ ਟੀਕੇ ਵਾਲਾ ਚੰਗਾ ਸੀਮਨ ਦਾ ਮਗਰ ਕੱਟਾ ਬਿਲਕੁਲ ਜੈੱਡ ਬਲੈਕ ਆ ਇੱਕ ਵੀ ਵਾਲ ਪੂਛ 'ਤੇ ਜਿਹੜਾ ਵਾਈਟ ਨਹੀਂ ਮਿਲੂਗਾ ਤੁਹਾਨੂੰ ਇਹ ਜਿਹੜਾ ਦੋਸਤੋ ਇਸ ਝੋਟੀ ਦਾ ਰਿਕਾਰਡ ਆ ਸੋ ਦੁੱਧ ਜਿਹੜਾ ਸੇਵਾ ਦਾ ਮੈਂ ਪਹਿਲਾਂ ਕਿਹਾ ਸੀਗਾ ਇੱਕ ਪਹਿਲਾ ਸੂਆ ਅਗਲੀ ਜਿਹੜੀ ਆ ਵਹਿੜ ਤੁਹਾਨੂੰ ਦਿਖਾ ਦਿੰਦੇ ਹਾਂ ਪਹਿਲਾਂ ਇਹ ਜਿਹੜੀ ਵਹਿੜ ਸੁਣ ਜਾ ਰਹੀ ਆ ਸੰਧੂ ਸਾਹਿਬ ਬੜੀ ਠੰਡੀ ਠੁੰਡੀ ਆ ਬਈ ਹਾਂ ਕੋਈ ਚੱਕਰ ਨਹੀਂ ਜਿਤਨਾ ਮਰਜ਼ੀ ਥੱਲੇ ਬਹਿ ਜਾਓ ਜੋ ਮੈਂ ਕਹਿ ਕੇ ਬਣਾ ਪਾਸੇ ਹਾਂ ਲਓ ਜੀ ਕਿਉਂ ਮਰਜ਼ੀ ਇਹਨੂੰ ਥੱਲੇ ਬਹੋ ਹਾਂ ਕੱਦ ਘਾਟ ਦੀ ਉਤਰਾ ਵੱਡੀ ਫੁੱਲ ਵੱਡੀ ਹਾਂ ਕੋਈ ਕਾਰ ਨਹੀਂ ਇਹਨੂੰ ਲਓ ਜੀ ਹਾਈਟ ਕੱਦ ਫੁੱਲ ਬਟਾ ਫੁੱਲ ਵੱਡੀ ਹਾਈਟ ਹੈ ਟੈਂਕ ਜਿੱਡੀ ਆ ਜੀ ਟੈਂਕ ਜਿੱਡੀ ਆ ਪ੍ਰੋਪਰ ਟੈਂਕ ਦੇ ਆ ਲੈ ਟੈਂਕ ਕਿਸੇ ਕਿਲੋ ਘੱਟ ਆ ਬਈ ਤੇ ਅੱਛਾ ਬੂਟੇ ਵੀ ਮੂੰਹ ਦੰਦੋ ਚਾਰ ਦੰਦ ਹੀ ਜੇ ਸੰਦੂ ਸਾਹਿਬ ਚੌਗੀ ਚੌਗੀ ਹਾਂ ਪਲੂਣ ਵੱਛੀ ਚਾਰ ਦੰਦ ਹੀ ਹੋਣ ਡਈ ਪਹਿਲਾਂ ਪਲੂਣ ਵੱਛੀ ਸੁਣ ਡਈ ਹਾਂ ਪਹਿਲਾ ਸੂਆ ਦੋਸਤੋ ਸੋਹਣਾ ਵੱਛੀ ਦੇ ਵੱਛੀ ਵੇਖੋ ਕਮਾਲ ਦੀ ਆ ਫਾਰਮ ਵਾਲੀ ਜਿਹੜੀ ਵਹਿੜ ਆਪਾਂ ਨੋਰਮਲੀ ਦੇਖਦੇ ਆ ਸ਼ੈੱਡ ਵਾਲੀਆਂ ਵਹਿੜਾਂ ਦੇਖਦੇ ਆ ਸੰਦੂ ਸਾਹਿਬ ਇਹ ਜਿਹੜੀ ਵਹਿੜ ਆ ਨਾ ਹਾਂ ਚਲੋ ਮਹਾਰਾਜ ਸੁੱਖ ਰੱਖੇ ਦਿਨ ਚੰਗੇ ਆਉਂਦੇ ਆ 24-25 ਲੀਟਰ ਇਹਨੂੰ ਦੁੱਧ ਕਿੰਨਾ ਇਤਨਾ ਬੰਤ ਰਿਆ ਦੀ ਵੱਡੀ ਨਸਲ ਦੀਆਂ ਨਸਲਾਂ ਦੁੱਧ ਦੇ ਜਾਂਦੀਆਂ ਦੇ ਜਾਂਦੀ ਹਾਂ ਅਰੇ ਲਈ ਵੀ ਟਿਕਾਣੇ ਜਿਹੜੀ ਮਾਂ ਨਹੀਂ ਇਹਦੀ 32-33 ਲੀਟਰ ਦੁੱਧ ਦਿੰਦੀ ਆਪਣੇ ਬੰਦਿਆਂ ਤੋਂ ਲਈ ਹੈ ਠੀਕ ਹੈ ਜੀ ਹਾਂਜੀ ਹੋਰ ਚੰਗੀ ਉਮੀਦ ਕਰਦੇ ਆ ਜੀ ਉਮੀਦ ਚੰਗੀ ਆ ਤਾਂ ਦਿਨ ਅਜੇ ਕੱਢ ਜੂਗੀ 5-4 ਪਲ ਕੱਢ ਜੂਗੀ ਜਾਂ ਸੂ ਵੀ ਪਵੇ ਕੋਈ ਨਹੀਂ ਕਰਨ ਇਹ ਬੱਚੇ ਨੂੰ ਛੱਡ ਕੇ ਬਣ ਜਾਂਦੀਆਂ ਵੇੜਾ ਕੀ ਬਣੀ ਬਣੀ ਵੀ ਹੁਣ ਤਾਂ ਪ੍ਰੋਪਰ ਪੂਰੀ ਬਣੀ ਪ੍ਰੋਪਰ ਆ ਦੇਖੋ ਜੀ ਠੀਕ ਹੈ ਜੀ ਸੋ ਵਹਿੜ ਜਿਹੜੀ ਆ ਦੋਸਤੋ ਜਿਵੇਂ ਆਪਾਂ 65 ਇੰਚੀ ਘੋੜੇ ਵੇਖਦੇ ਹਾਂ ਨਾ ਵੀ ਉਹੋ ਜਿਹਾ ਕੱਦ ਕਾਠ ਉਹੋ ਜਿਹੀ ਵੇਲ HF ਬਰੀਡ ਦੇ ਵਿੱਚ ਇਹ ਵਹਿੜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਹਾਈਟ ਕੱਦ ਫੁੱਲ ਬਟਾ ਫੁੱਲ ਐਕਸਟਰਾ ਆਰਡਨਰੀ ਠੀਕ ਹੈ ਟੈਂਕ ਨਹੀਂ ਦਿਸਦਾ ਬਈ ਵਾਕਈ ਗੱਲ ਸਹੀ ਹੈ ਵੀ ਟੈਂਕ ਦੂਜੇ ਪਾਸੇ ਖੜਾ ਨਹੀਂ ਨਜ਼ਰ ਆਉਂਦਾ ਆਹ ਦੇਖੋ ਜ਼ਰਾ ਆਹ ਲਓ ਜੀ ਠੀਕ ਹੈ ਜੀ ਬਾਕੀ ਥਣ ਸਪੇਸ ਜਿਹੜੀ ਆ ਦੋਸਤੋ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਵੈਸੇ ਹੈ ਤਿਆਰੀ ਦੇ ਉੱਤੇ ਆ ਪੂਰੀ ਜਿਵੇਂ 2-4 ਦਿਨ ਕੱਢ ਵੀ ਸਕਦੀ ਆ ਅਤੇ ਜੇ ਸੂ ਵੀ ਪਈ ਤਾਂ ਦੋਸਤੋ ਹੈ ਤਿਆਰ ਪਰ ਤਿਆਰੀ ਆ ਠੀਕ ਆ ਵਹਿੜ ਪਸੰਦ ਆਊਗੀ ਮੂੰਹ 4 ਦਾ ਤਾਂ ਠੀਕ ਆ ਚੌਗੀ ਆ ਮੂੰਹ 4 ਦਾ ਤਾਂ ਹੁੰਦੀ ਪਈ ਆ ਸੋ ਪਹਿਲਾ ਸੂਆ ਇਸ ਵੱਛੀ ਨੇ ਸੋਹਣਾ ਅਤੇ ਵੱਛੀ ਕਮਾਲ ਦੀ ਆ ਚਾਹ ਵਣ ਵੀਰ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੇ ਅੱਗੇ ਮੌਸਮ ਜਿਵੇਂ ਰੁੱਤ ਬਿਲਕੁਲ ਠੰਡੀ ਆ ਜਾਣੀ ਆ HF ਵਹਿੜ ਦੀ ਵੀ ਕਾਫੀ ਡਿਮਾਂਡ ਜਿਹੜੀ ਰਹਿਣ ਵਾਲੀ ਆ ਆਹ ਦੇਖੋ ਫੇਸ ਕੁਆਲਿਟੀ ਵੇਖੋ ਛੋਟਾ ਜਿਹਾ ਕੰਨ ਠੀਕ ਆ ਜੀ ਮੋੜੋ ਟੈਂਕ ਜੀ ਆਹ ਦੇਖੋ ਜੀ
ਬੱਚਾ ਪਲਿਆ ਨਾ ਫਿਰ ਪੂਰਾ ਤੂੰ ਵੀ ਟੈਂਕ ਧਿਆਨ ਨਾ ਆਹੋ ਤੇ ਅੱਛਾ ਬੂਟੇ ਵੀਰ ਕੀ ਇਸ ਵੈਟ ਦੀ ਵੀਰੇ ਕੀ ਰਹੂਗੀ ਮੰਗ ਸੰਤੂ ਸਾਹਿਬ ਵੈਟ ਤਾਂ 80,000 ਦਾ ਮੁੱਲ ਪੇ ਸਕਦੇ ਹਾਂ ਪਰ ਆਪਾਂ ਲੈਣ ਦੇ 67,000 ਦੀ ਵੈਟ ਦਾਂਗੇ ਹਾਂ ਹਾਂ ਜੀ ਲੈਣ ਦੇ 67,000 ਫਿਕਸ ਰੇਟ ਜਿਹੜਾ 67,000 ਦੀ ਹੋਊਗੀ ਆਵੇ ਇਹ ਆਖਣ ਦੀ ਗੱਲ ਨਹੀਂ ਸੰਤੂ ਸਾਹਿਬ ਇਹ ਦੇਖੋ ਰੇਟ ਵੀਰ ਨੇ ਮੁੱਲ ਜੋ ਡਿਮਾਂਡ ਕੀਤੀ ਆ ਕੋਈ ਮੌਕੇ ਤੇ ਆ ਕੋਈ ਮਾਨ ਤਾਨ ਜੋ ਪਹਿਲਾਂ ਰੇਟ ਫਿਕਸ ਕੀਤਾ ਪਹਿਲਾਂ ਫਿਕਸ ਆਪਾਂ 70,000 ਕਰਦੇ ਜੋ ਵੀ ਆ ਲਓ ਵੀ ਅੱਜ ਦੋਸਤੋ ਇਹ ਪਸ਼ੂ ਵੀਰ ਬੂਟੇ ਦੇ ਕੋਲ 4 ਨਗ ਸੀ ਤੇ ਤੁਹਾਨੂੰ ਦਿਖਾਤੇ ਆ ਪਿੰਡ ਅਮੀਰਕੇ ਤੁਸੀਂ ਖਾਸ ਵਿਜਿਟ ਕਰਨੀ ਆ ਚਾਰ ਪਸ਼ੂ ਦਿਖਾਤੇ ਆ ਚਾਰੇ ਪਸ਼ੂ ਜਿਹੜੇ ਦੋਸਤੋ ਜਿਹਨਾਂ ਚੋਂ 2 ਨਗ ਬਿਲਕੁਲ ਤਾਜ਼ੇ ਸੋਏ ਸਵਾਏ ਨੇ ਤੇ 2 ਬਿਲਕੁਲ ਗੱਭਣਾ ਤਿਆਰ ਪਰ ਤਿਆਰ ਨੇ ਕੁਝ ਦਿਨਾਂ ਤੱਕ ਜਿਹੜੇ ਪਸ਼ੂ ਵੀ ਸੂ ਪੈਣਗੇ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।